ਇਧਰ ਦੇ ਦਰਮਿਆਨ ਇਸ ਦੇ ਵਿੱਚੋਂ ਸਰਵਰ ਪੈਰਵਰ ਜਿੱਤ ਹੋ ਰਿਹਾ, ਦੋ ਸ਼ਾਂਤੀਆਂ ਬਾਕੀ ਨੇ, ਰੋਬਨ ਤੇ ਕਾਲੂ ਬਾਰੋਵਾਲ ਦੇ ਦਰਮਿਆਨ ਗਾਰਬਲ ਚੜੋਲੀ ਤੇ ਦੂਸਰੇ ਪਾਸੇ ਸੋਢੀ ਪੱਟੀ ਦੇ ਦਰਮਿਆਨ ਦੋ ਕੁਸ਼ਤੀਆਂ ਅਜੇ ਬਾਕੀ ਨੇ। ਫੈਸਲੇ ਬੜੇ ਸਖਤ ਨੇ ਕਿ ਰੂਲਾਂ ਦੇ ਅਸੂਲਾਂ ਦੇ ਨਾਲ ਕੀਤੇ ਲੱਗਦੇ ਚੰਗੇ ਕੰਮ ਸਭ ਨੂੰ ਆਜ਼ਾਦ ਬਾਈ, ਰੂਲਾਂ ਦੇ ਅਸੂਲਾਂ ਦੇ ਨਾਲ ਲੱਗਦੇ ਚੰਗੇ ਕੰਮ ਸਭ ਨੂੰ, ਜੋ ਖੁੱਝ ਗਿਆ ਹੈ ਸਮੇਂ ਤੋਂ ਉਹ ਦਿੰਦਾ ਹੈ ਦੋਸ਼ ਰੱਬ ਨੂੰ, ਜੋ ਖੁੱਝ ਗਿਆ ਹੈ ਸਮੇਂ ਤੋਂ ਉਹ ਦਿੰਦਾ ਹੈ ਦੋਸ਼ ਰੱਬ ਨੂੰ। ਬਹੁਤ ਵੱਡੀ ਕੁਸ਼ਤੀ ਹਸਨ ਤੇ ਫਰੀਦ ਦੇ ਦਰਮਿਆਨ, ਕਾਲੂ ਤੇ ਰੋਪਨ ਦੇ ਦਰਮਿਆਨ ਫੈਸਲਾ ਕਰਨਾ ਪੈਣਾ। ਜਿਹੜੀ ਕੁਸ਼ਤੀ ਬਰਾਬਰ ਰਹਿੰਦੀ ਹੈ ਅੱਗੇ ਜਾਣ ਦਾ ਚਾਂਸ ਨਹੀਂ, ਇਹ ਨੋਟ ਕਰ ਲਓ। ਕੁਸ਼ਤੀ ਆਰ ਪਾਰ ਦੀ ਕਰਨੀ ਪੈਣੀ ਹੈ। ਰਮੇਸ਼ ਕੁਮਾਰ ਪੰਜਾਬ ਪੁਲਿਸ ਵਾਲੇ ਉਹਨਾਂ ਦੀ ਸਾਰੀ ਟੀਮ ਦਾ ਇੱਥੇ ਆਉਣ ਤੇ ਚੰਡੀ ਦੰਗਲ ਕਮੇਟੀ ਵੱਲੋਂ ਨਿੱਘਾ ਸਵਾਗਤ ਕੀਤਾ ਜਾ ਰਿਹਾ। ਰਮੇਸ਼ ਭਾਜੀ, ਬੰਦਾ ਬਦਲਣਾ ਚਾਹੇ ਆਪਣੇ ਆਪ ਨੂੰ ਤਾਂ ਬਦਲ ਸਕਦਾ, ਇੰਨੀ ਵੱਡੀ ਗੱਲ ਨਹੀਂ, ਐਵੇਂ ਪਹਾੜ ਲੱਗਦਾ ਵਰਦੀ ਪਾਈ ਹੋਵੇ ਤਾਂ ਰਮੇਸ਼ ਭਾਜੀ ਥਾਣੇਦਾਰ ਲੱਗਦਾ, ਤੇ ਬਿਨਾਂ ਵਰਦੀ ਤੋਂ ਬੰਦਾ ਆਮ ਹੀ ਲੱਗਦਾ, ਬਿਨਾਂ ਵਰਦੀ ਤੋਂ ਬੰਦਾ ਆਮ ਲੱਗਦਾ। ਵੱਡਾ ਪਿਆਰ ਵੱਡਾ ਸਤਿਕਾਰ ਅੱਜ ਚੰਡੀ ਪਿੰਡ ਦੀ ਧਰਤੀ ਵੱਲੋਂ ਸਾਰੀ ਸਮੂਹ ਸੰਗਤ ਦਾ ਧੰਨਵਾਦ। ਜਿੰਨੇ ਵੀ ਮਨ ਲਾਏ ਹੈ, ਜਿੰਨੇ ਵੀ ਦਰਸ਼ਕ ਲੋਕ ਪਹੁੰਚੇ ਨੇ, ਸਾਰੇ ਮਨ ਦਾ ਧੰਨਵਾਦ। ਸਾਹਮਣੇ ਮਾਊ ਤੇ ਚਾਂਦ, ਮਾਊ ਤੇ ਚਾਂਦ, ਚਾਂਦ ਜੰਮੂ ਤੇ ਮਾਊ ਪਹਿਲਵਾਨ ਦੀ ਕੁਸ਼ਤੀ।